ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕੀ ਹਾਲ ਨੇ ਸਾਰੇ ਭਰਾਵਾਂ ਦੇ? ਉਮੀਦ ਕਰਦਾ ਸਾਰੇ ਠੀਕ ਹੋਣਗੇ, ਤੰਦਰੁਸਤ ਹੋਣਗੇ। ਕਿਉਂ ਬਈ ਲਾਡੀ, ਕੀ ਹਾਲ ਨੇ? ਵਧੀਆ ਜੀ, ਵਧੀਆ। ਹੋਰ ਬਈ ਫਿਰ ਅੱਜ ਕੀ ਸਲਾਹ, ਕੀ ਵਲੌਗ ਬਣਾਉਣਾ ਅੱਜ ਆਪਾਂ ਨੇ? ਕਹਿੰਦੇ ਅੱਜ ਵੀਰੇ ਪਾਇਆਂਗੇ ਖਰੋੜੇ ਪਿੰਡ 'ਚ, ਇੱਥੇ ਕੀ ਕਰਨਾ? ਇੱਥੇ ਆਪਾਂ ਲੱਕੀ ਡਰਾ ਦੀ ਪ੍ਰਮੋਸ਼ਨ ਕਰਨ ਆਇਆਂਗੇ। ਬਾਈ ਕਹਿੰਦਾ ਸੀ ਲੱਕੀ ਡਰਾ ਕੱਟ ਰਹੇਗੇ, ਵੀਡੀਓ ਬਣਾਓ ਸਾਡੀ। ਠੀਕ ਹੈ ਜੀ, ਅਤੇ ਹੁਣ ਆਪਾਂ ਕਰੀਏ ਅੱਜ ਸਾਡ ਅਤੇ ਪਿੰਡ ਦੀ ਖਾਸ ਗੱਲ ਇਹ ਵੀ ਆ ਬਾਈ, ਕੁਲਵੀਰ ਝਿੰਜਰ ਵੀ ਇਹੀ ਪਿੰਡ ਦਾ ਗਾ। ਓਕੇ, ਹੈ ਨਹੀਂ ਬਾਈ ਘਰੇ? ਨਹੀਂ, ਆਪਾਂ ਘਰੇ ਵੀ ਜਾ ਕੇ ਆਉਂਦੇ। ਹਾਂ ਬਾਈ ਨੂੰ ਮਿਲ ਕੇ ਕੈਨੇਡਾ ਰਹਿੰਦਾ ਬਾਈ। ਫਿਰ ਉਦੋਂ ਬਾਅਦ ਦੀ ਪਲੈਨਿੰਗ ਕੀ ਆ? ਫਿਰ ਉਸ ਤੋਂ ਬਾਅਦ ਆਪਾਂ ਨੇ ਬਹਾਦਰਪੁਰ ਟਰੈਕਟਰ ਟੋਚਨੇ 'ਤੇ ਜਾਣਾ। ਠੀਕ ਹੈ ਬਾਈ, ਅਤੇ ਸ਼ਾਮ ਨੂੰ ਆਪਾਂ ਨੇ ਜਾਣਾ ਗਾ ਪਾਤੜਾ। ਸਿਰਫ ਔਰ ਸਿਰਫ ਇਹੀ, ਕੌਣ ਕੌਣ ਉੱਥੇ ਆਪਣੇ ਨਾਲ? ਆਪਣੇ ਨਾਲ ਅਰਪਣ ਬੱਸੀ ਹੁਣੀ ਹੋਣਗੇ, ਅੱਤ ਜੱਟ ਸੋਹੀ ਹੋਣੀ, ਬਾਈ ਹੁਣੀ ਹੋਣਗੇ। ਬਾਈ ਸੋਹੀ ਦਾ ਸਹੀ ਨਾਮ ਕੀ ਆ ਪਤਾ? ਬਸੰਤ ਵੀਰ ਸਿੰਘ। ਓਕੇ, ਮੈਨੂੰ ਨਹੀਂ ਪਤਾ ਸੀ ਬਾਈ ਦਾ ਨਾਮ। ਚਲੋ ਬਾਕੀ ਬਾਬੇ ਵਧੀਆ ਨਾ ਬਾਈ, ਉਹਨਾਂ ਨੂੰ ਮਿਲਦੇ ਆਂਗੇ। ਮੈਂ ਤਾਂ ਫਸਟ ਟਾਈਮ ਮਿਲ ਰਿਹਾ ਹੈਗਾ ਸੋਹੀ ਬਾਈ ਨੂੰ ਤਾਂ, ਅਤੇ ਅਰਪਣ ਬਾਈ ਨੂੰ ਮਿਲਿਆ ਸੀ ਮੈਂ ਟੂਰਨਾਮੈਂਟ 'ਤੇ, ਉੱਥੇ ਵੀ ਉਹਨਾਂ। ਚਲੋ ਠੀਕ ਹੈ, ਬਾਕੀ ਕਰਦੇ ਆ ਜਾਣ ਤੋਂ ਬਾਈ ਨੂੰ। ਬਾਈ ਅਸੀਂ ਵੇਟ ਕਰ ਰਹੇ ਸੀ ਬਾਈ ਦੀ, ਕਰਾਉਣੇ ਲੱਕੀ ਡਰਾ ਬਾਰੇ ਦੱਸਦੇ ਹਾਂ ਤੁਹਾਨੂੰ ਇਨਫੋਰਮੇਸ਼ਨ। ਚਲੋ ਮਿਲਦਾ ਫਿਰ ਅੱਗੇ, ਬਣੇ ਰਹਿਣਾ ਵੀਡੀਓ ਦੇ ਵਿੱਚ। ਜੋ ਵੀ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਕਰ ਦਿਉ ਸਬਸਕ੍ਰਾਈਬ ਯਾਰ। ਲਓ ਵੀਰੋ, ਫਿਰ ਪਹੁੰਚ ਗਏ ਜਿੱਥੇ ਆਪਾਂ ਕਹਿ ਰਹੇ ਸੀ ਤੁਹਾਨੂੰ ਵੀ ਲੱਕੀ ਡਰਾ ਬਾਈ ਹੁਣੀ ਕੱਢ ਰਹੇ ਨੇਗੇ। ਠੀਕ ਹੈ, ਆਹ ਪੜ੍ਹ ਸਕਦੇ ਤੁਸੀਂ ਐਡਰੈਸ, ਬਾਬਾ ਨਾਨਕ ਗਾਰਮੈਂਟਸ, ਠੀਕ ਹੈ ਜੀ, ਖਰੌੜਾ ਬੱਸ ਸਟੈਂਡ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ। ਅਤੇ ਬਾਈ ਉਹਨਾਂ ਨੇ ਸਕੂਟਰੀ ਤਾਂ ਬਾਈ ਦੇਖ ਸਕਦੇ ਤੁਸੀਂ, ਜਮੀ ਨਵੀਂ ਚਮਚਮ ਆਉਂਦੀ ਸਕੂਟਰੀ 6G, ਠੀਕ ਹੈ ਜੀ, ਆਹ ਦੇਖ ਲਓ, ਚੈੱਕਆਊਟ ਕਰ ਸਕਦੇ ਹੋ। ਬਿਲਕੁਲ ਬ੍ਰੈਂਡ ਨਿਊ ਸਕੂਟੀ ਹੈਗੀ, ਨਿਊ ਮਾਡਲ ਹੈਗੀ, 6G ਨਿਊ ਲੇਟੈਸਟ ਵਰਜਨ। ਚਲੋ ਬਾਕੀ ਕਰਾਉਣੇ ਅੱਗੇ ਬਾਈ ਨਾਲ ਗੱਲਬਾਤ, ਆ ਜਾਓ। ਹਾਂਜੀ ਬਾਈ, ਕੀ ਹਾਲ ਨੇ? ਆਪਣੇ ਰੈਡੀਮੇਡ ਦੀ ਦੁਕਾਨ ਹੈ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਪਟਿਆਲਾ ਰੋਡ ਦੇ ਉੱਪਰ ਆਪਣੀ ਦੁਕਾਨ ਹੈ ਸਾਡੀ ਇਹ। ਠੀਕ ਹੈ ਜੀ, ਆਪਾਂ ਇਹ ਦੁਕਾਨ ਦੀ ਪ੍ਰਮੋਸ਼ਨ ਦੇ ਲਈ ਇੱਕ ਛੋਟਾ ਜਿਹਾ ਡਰਾ ਰੱਖਿਆ, ਵੀ ਜਿਹੜਾ ਮੇਰਾ ਵੀਰ ਕੋਈ ਸ਼ੋਪਿੰਗ ਕਰਦਾ, ਸ਼ੋਪਿੰਗ ਦੇ ਉੱਪਰ ਵੀ 2 ਕੂਪਨ ਨੇ, ਤੇ ਜੇ ਉਦਾਂ ਮੇਰਾ ਵੀਰ ਕੋਈ ਪਾਉਣਾ ਚਾਹੁੰਦਾ ਤੇ 399 ਦੇ ਵਿੱਚ ਕੂਪਨ ਹੈ। ਫਸਟ ਨਾਮ ਬਾਈ ਜੀ ਬ੍ਰੀਜਾ ਕਾਰ ਹੈ, ਸੈਕਿੰਡ ਹੌਂਡਾ ਦੀ 6G ਨਿਊ ਮਾਡਲ ਐਕਟਿਵ ਹੈ ਜੀ। ਹਾਂਜੀ, ਖੜੇ ਨੇ ਇਹ ਸਾਰੇ ਨਾਮ ਆਪਣੇ ਕੋਲ ਅਵੇਲੇਬਲ ਨੇ ਜੀ। ਇਹ ਗੱਡੀ ਦੀ ਆਪਣੇ ਕੋਲ ਬੁਕਿੰਗ ਹੈ, ਇਹ ਹੀਰਾ ਮੋਟਰ ਤੋਂ ਬਾਈ ਜੀ ਦਿਖਾ ਦਿਓ, ਹੀਰਾ ਮੋਟਰ ਪਟਿਆਲਾ ਤੋਂ ਬ੍ਰੀਜਾ ਗੱਡੀ ਆਪਦੇ ਕੋਲ ਬੁਕਿੰਗ ਹੈ ਇਹ ਬਾਈ ਜੀ। ਤੇ ਇਹ ਆਪਾਂ ਨੂੰ ਜਲਦੀ, ਬਸ 1 ਮਹੀਨੇ ਦੇ ਵਿੱਚ ਹੋ ਸਕਦਾ ਵੀ ਆਪਣੇ ਇੱਥੇ ਆਪਣੇ ਕੋਲ ਪਹੁੰਚ ਜਾਵੇ। ਹਾਂ ਹਾਂ, ਇਹ ਚੈੱਕ ਜਾ ਕੇ ਵੀ ਕਰ ਸਕਦੇ ਤੁਸੀਂ, ਹੀਰਾ ਮੋਟਰ ਪਟਿਆਲਾ, ਉੱਥੋਂ ਵੀ ਕਨਫਰਮ ਕਰ ਸਕਦੇ ਹੋ। ਤੇ ਸਾਡੇ ਕੋਲੋਂ ਮੇਰਾ ਵੀਰ ਜੇ ਕੋਈ ਲੈਣਾ ਵੀ ਚਾਹੇ ਅਸੀਂ ਉਹਨੂੰ ਭੇਜ ਸਕਦੇ ਹਾਂ ਇਹ। ਤੇ ਬਾਈ ਜੀ ਇਹ ਗੱਡੀ ਹੋਗੀ ਐਕਟਿਵਾ ਹੋਗੀ ਹੌਂਡਾ ਦੀ, ਇਹ 5 ਓਪੋ A52 ਫੋਨ ਜੀ, ਅੱਧੇ ਅੱਧੇ ਤੋਲੇ ਦੀਆਂ 2 ਰਿੰਗਾਂ, 25,000 ਕੈਸ਼। ਠੀਕ ਹੈ, ਇਹ ਬਾਈ ਜੀ ਕੌਂਸਲੇਸ਼ਨ 'ਚ ਨਾਮ ਨੇ, ਇਹ ਹੈਗੇ ਗੁੰਜਾਇਸ਼ 'ਚ, ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਵੀ ਕੱਢ ਦਈਏ। 5 ਓਪੋ ਫੋਨ ਹੋ ਗਏ, 5 ਮਾਈਕਰੋਵੇਅਰ ਹੋ ਗਏ ਭਾਜੀ, 5 ਹੋਮ ਥੀਏਟਰ ਹੋ ਗਏ, 5,005 ਬੰਦਿਆਂ ਨੂੰ ਕੈਸ਼ ਹੋ ਗਿਆ ਬਾਈ। ਠੀਕ ਹੈ ਜੀ, ਹਾਂਜੀ। ਤੇ ਇੱਕ ਹੋਰ ਗੱਲ ਆਪਾਂ ਪਹਿਲਾਂ ਕਰੀਏ ਕਲੀਅਰ, ਜਿੱਦਾਂ ਕਿ ਵੀ ਜਿਹੜੇ ਪਰਚੀਆਂ ਕੱਢੋਗੇ, ਹਾਂਜੀ, ਉਹ ਕਿਵੇਂ ਹੋਣ, ਕਿਵੇਂ ਕੱਢਣਗੇ, ਕਿਉਂਕਿ ਅੱਜ ਕੱਲ ਫਰੌਡ ਵੀ ਬਹੁਤ ਜ਼ਿਆਦਾ ਹੋ ਰਿਹਾਗਾ। ਮੈਂ ਤੁਹਾਨੂੰ ਦੱਸਦਾ ਬਾਈ ਜੀ, ਇੱਕ ਡੇਟ ਲਈ ਬਹੁਤ ਆਉਂਦਾ ਵੀ ਤੁਸੀਂ ਕਿਹੜੀ ਡੇਟ ਨੂੰ ਡਰਾ ਕੱਢੋਗੇ, ਉਹ ਫੋਨ ਮੇਰੇ ਵੀਰ ਪੁੱਛਦੇ ਨੇ। ਆਪਾਂ 25/11/2022 ਅਗਲੇ ਮਹੀਨੇ ਦੀ 25 ਤਰੀਕ ਨੂੰ ਇੱਥੇ ਆਪਾਂ ਟੈਂਟ ਲਾ ਕੇ ਇੱਥੇ ਡਰਾ ਕੱਢਾਂਗੇ, ਪਬਲਿਕ ਦੇ ਵਿੱਚ ਡਰਾ ਹੋਊਗਾ, ਤੇ ਜਿਹੜੇ ਚੈਨਲਾਂ ਤੇ ਆਪਣੀ ਐਡ ਚੱਲਦੀ ਹੈ ਉਹ ਚੈਨਲਾਂ ਦੇ ਉੱਪਰ ਹੀ ਲਾਈਵ ਕੀਤਾ ਜਾਊਗਾ। ਜਿਹੜਾ ਕੋਈ ਮੇਰਾ ਵੀਰ ਇੱਕ ਅੱਧਾ ਕੋਈ ਨਹੀਂ ਚੈਨਲ ਵਾਲਾ ਪਹੁੰਚ ਸਕਿਆ, ਕੋਈ ਮਜਬੂਰੀ ਹੋਈ, ਉਹ ਵੱਖਰੀ ਗੱਲ ਹੈ, ਵੀ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰਾਂਗੇ ਵੀ ਸਾਰੇ ਆਉਣ। ਤੇ ਬਾਈ ਜੀ ਸਾਡਾ ਕੋਈ ਬੰਦਾ ਪਰਚੀ ਨੂੰ ਹੱਥ ਨਹੀਂ ਲਾਊਗਾ, ਪਬਲਿਕ ਹੀ ਪਬਲਿਕ ਵਿੱਚੋਂ ਚੁਆਇਸ ਕਰੂਗੀ ਵੀ ਕਿਹੜਾ ਬੰਦਾ ਪਰਚੀ ਚੱਕੂਗਾ, ਕਿਹੜਾ ਬੰਦਾ ਪਰਚੀਆਂ ਪਾਊਗਾ। ਸਾਡਾ ਬੰਦਾ ਕੋਈ ਨਾ ਤਾਂ ਬਾਈ ਜੀ ਪਰਚੀ ਪਾਊਗਾ, ਆਪਣੀਆਂ ਪਰਚੀਆਂ ਪਾ ਕੇ ਆਪ ਹੀ ਲੋਕਾਂ ਦਾ ਪੈਸਾ ਲੋਕ ਕੱਢ ਕੇ ਆਪਦਾ ਨਾਮ ਲੈ। ਜਿੱਦਾਂ ਹੁਣ ਦੇਖੋ ਜੀ, ਤੁਹਾਨੂੰ ਸਮਝਾ ਦਈਏ ਬਾਈ ਜੀ,
जे बाद ड्रा निकल जाए मेरे वीर किसी डाउट रह जाए भी साडी पर्ची यार लगता है सानू भी विच नहीं ਉਹ ਬਾਈ ਪਰਚੀ ਚੈੱਕ ਕਰਕੇ ਆਪਣੀ ਵਿੱਚੋਂ ਪਰਚੀ ਕੱਢ ਸਕਦਾ ਬਾਕਸ ਦੇ ਵਿੱਚ ਜਿਹਦੇ ਚ ਪਰਚੀਆਂ ਨੇ ਉਹਦੇ ਚ ਆਪਣੀ ਪਰਚੀ ਚੈੱਕ ਕਰ ਸਕਦਾ ਵੀ ਮੇਰੀ ਪਾਈ ਹੋਈ ਹੈ ਕਿ ਨਹੀਂ ਪਾਈ ਹੋਈ ਉਹਦੇ ਚ ਵੀ ਆਪਾਂ ਦੇਣਦਾਰ ਆ ਜੇ ਕਿਸੇ ਦੀ ਪਰਚੀ ਨਾ ਨਿਕਲੇ ਬਸ ਠੀਕ ਹੈ ਵੀ ਕਹਿਣ ਦਾ ਬਾਬਾ ਮਤਲਬ ਬਿਲਕੁਲ ਹਾਂਜੀ ਅਸੀਂ ਸ਼ਹੀਦਾਂ ਦੀ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਦੀ ਆਪਾਂ ਸ਼ਹੀਦਾਂ ਦੀ ਉੱਥੋਂ ਜਗ੍ਹਾ ਤੋਂ ਆਸ਼ੀਰਵਾਦ ਲੈ ਕੇ ਚੱਲੇ ਆ ਬਾਈ ਜੀ ਬਿਲਕੁਲ ਇਮਾਨਦਾਰੀ ਨਾਲ ਡਰਾ ਕੱਢਾਂਗੇ ਤੇ ਜੋਤੀ ਸਰੂਪ ਸਾਹਿਬ ਸਾਰੇ ਤੁਸੀਂ ਜਾਣਦੇ ਹੋ ਫਤਿਹਗੜ੍ਹ ਸਾਹਿਬ ਉੱਥੇ ਬਾਈ ਜੀ 10% ਜੋ ਸਾਨੂੰ 5-10 ਹਜ਼ਾਰ 20 ਹਜ਼ਾਰ 50 ਹਜ਼ਾਰ ਲੱਖ ਸਾਨੂੰ ਬਚਦਾ ਉਹਦੇ ਵਿੱਚੋਂ ਦਸਵੰਧ ਅਸੀਂ ਕੱਢਾਂਗੇ ਬਾਈ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਲੰਗਰਾਂ ਲਈ ਨਹੀਂ ਚੰਗੀ ਗੱਲ ਚਲੋ ਹੋ ਗਈ ਨਾ ਤੁਹਾਡੀ ਬਹੁਤ ਵਧੀਆ ਗੱਲ ਆ ਬਾਕੀ ਬਾਈ ਇਹੀ ਇੱਕ ਤਰ੍ਹਾਂ ਦਾ ਕਹਿ ਦਈਏ ਆਪਾਂ ਲੱਕੀ ਡਰਾ ਨਹੀਂ ਕਹਿੰਦੇ ਵੀ ਹਾਂਜੀ ਪ੍ਰਮੋਸ਼ਨ ਪ੍ਰਮੋਸ਼ਨ ਹਾਂਜੀ ਵੀ ਸਾਡੀ ਦੁਕਾਨ ਥੋੜਾ ਜਿਹਾ ਏਰੀਆ ਇਹ ਪਿੱਛੇ ਹੈ ਸ਼ਹਿਰ ਤੋਂ ਹਟ ਕੇ ਹੈ ਤੇ ਅਸੀਂ ਇਹ ਕਹਿੰਦੇ ਆ ਵੀ ਸਾਡੀ ਦੁਕਾਨ ਵਧੀਆ ਚੱਲ ਸਕੇ ਤੇ ਉਹਦੇ ਲਈ ਬਾਈ ਜੀ ਇੱਕ ਛੋਟਾ ਜਿਹਾ ਸੀ ਉਪਰਾਲਾ ਕਰਿਆ ਹਾਂਜੀ ਕੋਈ ਗੱਲ ਕਹੂੰਗੀ ਅੱਜ ਕੱਲ ਬਾਈ ਬਾਕੀ ਕੰਪੀਟੀਸ਼ਨ ਦਾ ਹਾਂਜੀ ਜਮਾਨਾ ਹੈ ਥੋੜਾ ਜਿਹਾ ਸਾਨੂੰ ਇਹ ਵੀ ਸਾਡਾ ਕੰਮ ਚੱਲ ਜਾਵੇ ਥੋੜਾ ਜਿਹਾ ਪਿੱਛੇ ਹਟ ਕੇ ਸ਼ਹਿਰ ਨਾਲੋਂ ਅੱਡਾ ਪੈ ਜਾਂਦਾ ਨਹੀਂ ਠੀਕ ਹੈ ਗੱਲ ਬਾਈ ਬਾਕੀ ਇਹੀ ਹੈ ਵੀ ਤੁਹਾਨੂੰ ਆਪਾਂ ਦੱਸਣਾ ਸੀ ਕਿ ਲੱਕੀ ਡਰਾ ਬਾਈ ਕੱਢ ਰਹੇ ਫਿਰ ਆਫਰ ਵੀਰੇ ਰੱਖਿਆ 5 ਕੂਪਨ ਜੇ ਕੋਈ ਮੇਰਾ ਵੀਰ ਪਾਉਂਦਾ ਹੈ ਤਾਂ ਪਹਿਲੇ ਹੁਣ ਤੋਂ ਬਾਈ ਹੋਰਾਂ ਨੇ ਵੀ ਕਿਹਾ ਸੀ ਵੀ ਕੋਈ ਸਾਡੇ ਲਈ ਦੀ ਆਫਰ ਰੱਖੋ ਤੁਸੀਂ ਕਰੋ ਵੀ ਸਾਡੇ ਜਿਹੜੇ ਵਿਊਜ਼ ਨੇ ਉਹਨਾਂ ਸਾਡੇ ਚਾਹਣ ਵਾਲੇ ਫਾਲੋਅਰਸ ਨੇ ਬਾਈ ਜੀ ਅੱਜ ਤੋਂ ਅਸੀਂ ਰੱਖਿਆ ਵੀ ਜਿਹੜੇ ਮੇਰੇ ਵੀਰ ਹੁਣ ਤੋਂ 100 ਪਹਿਲਾਂ ਹੋਊਗਾ ਮੇਰਾ ਵੀਰ ਕੂਪਨ ਹੁਣ ਤੋਂ ਅੱਜ ਤੋਂ ਤੁਸੀਂ ਆਏ ਹੋ ਤੁਹਾਡੀ ਐਡ ਤੋਂ 100 ਪਹਿਲਾਂ ਹੋਊਗਾ 100 ਪਹਿਲਿਆਂ ਨੂੰ ਵੀਰੇ 5 ਨਾਲ 5 ਕੂਪਨ ਹੀ ਫ੍ਰੀ ਦਿੱਤੇ ਜਾਣਗੇ ਪਹਿਲੇ 100 ਬੰਦਿਆਂ ਨੂੰ 5 ਨਾਲ 5 ਕੂਪਨ ਫ੍ਰੀ ਦਿੱਤੇ ਜਾਣਗੇ 100 ਤੋਂ ਬਾਅਦ ਵੀਰੇ 5 ਨਾਲ 2 ਓਕੇ 100 ਤੋਂ ਬਾਅਦ ਤੁਹਾਡੇ ਇਹ ਤੁਹਾਡੇ ਫਾਲੋਅਰ ਲਈ ਉਹ ਹੈ ਆਫਰ ਤੇ ਜਿਹੜਾ ਮੇਰਾ ਵੀਰ ਕੋਈ ਸ਼ੇਅਰ ਕਰਦਾ ਵੀਡੀਓ ਨੂੰ 5 ਸ਼ਰਟਾਂ 5 ਟੀ-ਸ਼ਰਟਾਂ 5 ਹੀ ਲੋਅਰ ਜਾਂ ਜੀਨਸ ਲੈ ਸਕਦਾ ਯਾਨੀ ਕਿ 15 ਪੀਸ ਇੱਕ ਬੰਦੇ ਨੂੰ 5 ਬੰਦੇ ਪਹਿਲੇ ਜਿਹੜੇ ਸ਼ੇਅਰ ਵਾਲੇ ਹੋਣਗੇ ਬਾਈ ਜੀ ਵੱਧ ਵਾਲੇ ਉਹਨੂੰ ਡਰਾ ਵਾਲੇ ਦਿਨ ਹੀ ਅਨਾਉਂਸ ਕਰਿਆ ਜਾਊਗਾ ਪਹਿਲੇ 5 ਬੰਦਿਆਂ ਨੂੰ 15 ਪੀਸ ਦਵਾਂਗੇ ਤੇ 75 ਪੀਸ ਹੋ ਜਾਣਗੇ ਮੈਨੂੰ ਲੱਗਦਾ ਵੀ ਜਿੰਨੇ ਵੀ 5 ਬੰਦਿਆਂ ਨੂੰ ਹੋਣਗੇ ਉਹ ਅਸੀਂ ਇੱਥੇ ਮੌਕੇ ਤੇ ਲਾਈਵ ਦਵਾਂਗੇ ਜਿੱਦਣ ਅਸੀਂ ਡਰਾ ਕੱਢਾਂਗੇ ਬਾਈ ਨਹੀਂ ਚਲੋ ਵਧੀਆ ਗੱਲ ਆ ਵੀ ਹਨਾ ਕਹਿਣ ਦਾ ਮਤਲਬ ਕਿ ਵੀ ਵਧੀਆ ਆਫਰ ਆ ਗਈ ਪ੍ਰਮੋਸ਼ਨ ਕਰ ਰਹੇ ਆ ਇੱਕ ਇਨਵੈਸਟਮੈਂਟ ਕਰ ਹਾਂਜੀ ਵੀ ਹਾਂਜੀ ਵੀ ਸਾਨੂੰ ਇਹ ਆ ਵੀ ਅੱਜ ਕੰਪੀਟੀਸ਼ਨ ਦਾ ਜ਼ਮਾਨਾ ਵੀ ਸਾਡਾ ਕੰਮ ਵਧੀਆ ਚੱਲ ਸਕੇ ਹਾਂਜੀ ਬਾਕੀ ਮੇਰੇ ਵੀਰ ਆਨਲਾਈਨ ਵੀ ਸ਼ਾਪਿੰਗ ਕਿਸੇ ਨੇ ਕਰਨੀ ਕਰ ਸਕਦੇ ਸਰ ਵਧੀਆ ਜੈਜ ਰੇਟ ਮਾਰਕੀਟ ਨਾਲ ਓਕੇ ਓਕੇ ਨਹੀਂ ਠੀਕ ਹੈ ਚਲੋ ਬਾਕੀ ਵਧੀਆ ਲੱਗਿਆ ਬਾਈ ਠੀਕ ਹੈ ਬਾਕੀ ਹੁਣ ਦੱਸ ਦੇ ਬਾਈ ਅੱਗੇ ਤੋਂ ਵੀ ਕਹਿਣਾ ਬਾਕੀ ਬਾਈ ਕਰਿਓ ਚੈੱਕ ਆਊਟ ਆ ਕੇ ਬਾਈ ਦੇ ਗਾਰਮੈਂਟਸ ਵੀ ਕਿੱਦਾਂ ਹਨ ਵੀ ਸਾਰਾ ਰੈਡੀਮੇਡ ਕਿੱਦਾਂ ਸਮਾਨ ਆਗਾ ਬਹੁਤ ਵਧੀਆ ਕੁਆਲਿਟੀ ਆ ਬਾਕੀ ਆ ਕੇ ਕਰਿਓ ਚੈੱਕ ਤੇ ਮਿਲਦਾ ਹੁਣ ਨੈਕਸਟ ਵੀਡੀਓ ਦੇ ਵਿੱਚ ਉਹਦੇ ਲਈ ਗੁੱਡ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ